ਫੇਰ ਤੇਰਾ ਸਿਰ ਫੇਰ ਕੀ ਫੇਰ ਉਹਨਾਂ ਨੇ ਐਸਾ ਕੁਟਾਪਾ ਚਾੜਿਆ ਪੂਰੇ 6 ਮਹੀਨੇ ਤੱਕ ਜ਼ਰੂਰੀ ਕਾਰਵਾਈ ਵੀ ਖੜੇ ਹੋ ਕੇ ਕਰਦੇ ਰਹੇ ਹਾਏ ਨਾ ਮਾਜ਼ਾ ਬੜੇ ਕਾਰੀਗਰ ਨੇ ਆਹੋ ਬੜੇ ਕਾਰੀਗਰ ਨੇ ਜਦੋਂ ਕਦੋਂ ਨਹੀਂ ਮੇਰੇ ਮਾਂ ਪਿਓ ਦੀ ਬੇਇੱਜ਼ਤੀ ਕਰਦੇ ਰਹਿੰਦੇ ਨੇ ਨਾ ਮੇਰੇ ਮਾਂ ਪਿਓ ਨੇ ਤੇਰਾ ਕੀ ਵਿਗਾੜਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਹੜਾ ਕੰਮ ਕਰਨਾ ਉਹ ਕੰਮ ਕਰੋ ਉਹ ਮੈਨੂੰ ਵੀ ਪਤਾ ਲੱਗ ਗਿਆ ਏ ਤੇਰਾ ਮਾਂ ਪਿਓ ਤੇਰਾ ਮਾਂ ਪਿਓ ਮੈਂ ਤੇਰੇ ਮਾਂ ਪਿਓ ਦੇ ਨੇ ਤੇਰੇ ਪਿਓ ਤੇ ਭਰਾ ਦੀ ਗੱਲ ਕਰਦਾ ਪਿਆ ਨਾਲੇ ਤੈਨੂੰ ਮੈਂ ਸਲਾਹ ਦਵਾਂ ਉਹਨਾਂ ਨੂੰ ਫੋਨ ਕਰਕੇ ਇੱਕ ਵਾਰੀ ਪੁੱਛ ਲੈ ਉਹਨਾਂ ਨੂੰ ਪੁੱਛ ਲੈ ਵੀ ਭਰਾ ਮੇਰੇ ਪਿਓ ਰਾਤ ਨੂੰ ਕਿਤੇ ਸਾਡੇ ਘਰ ਚ ਨਹੀਂ ਸਾਫ਼ ਕਰ ਗਿਆ ਹੱਥ ਆਪਣਾ ਹਾਏ ਹਾਏ ਮੇਰਾ ਰੱਬਾ ਮੈਂ ਲੁੱਟੀ ਗਈ ਬੇੜਾ ਗਰਕ ਜਾਏ ਤੇਰੇ ਚੋਰਾਂ ਦਾ ਮੇਰਾ ਮੇਕਅਪ ਲੈ ਗਏ ਸੁਰਖੀ ਲੈ ਗਏ ਬਿੰਦੀ ਲੈ ਗਏ ਨਾ ਤੁਸੀਂ ਏਦਾਂ ਕਰੋ ਮੇਰੇ ਮਾਂ ਪਿਓ ਨੂੰ ਛੱਡੋ ਚੋਰ ਫੜਨੇ ਚਾਹੀਦੇ ਆ ਮੈਨੂੰ ਨਹੀਂ ਪਤਾ ਜਿੱਥੇ ਵੀ ਹੈਗੇ ਚੋਰ ਲੱਭੋ ਲੱਭ ਤੇ ਲਵਾਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਹਾਏ ਹਾਏ ਕਰਨਾ ਕੀ ਏ ਪੁਲਿਸ ਨੂੰ ਫੋਨ ਕਰੋ ਮੇਰੀਆਂ ਗਾਜਰਾਂ ਵੀ ਤੇਰੀਆਂ ਸਿਰਫ ਗਾਜਰਾਂ ਨਹੀਂ ਹੋਰ ਵੀ ਬੜਾ ਕੁਝ ਚਮਕਦਾ ਉਹ ਵੀ ਲੱਭਣ ਵਾਲਾ ਉਹ ਵੀ ਕਹਿਣਾ ਲੱਗ ਗਿਆ ਚੱਲ ਗਈ ਬੈਲ ਚੱਲ ਗਈ ਹੈਲੋ ਹਾਂਜੀ ਕੱਦੂਮਨ ਜੀ ਕੱਦੂਮਨ ਸਾਹਿਬ ਮੈਂ ਬੋਲ ਰਿਹਾ ਰਾਜਾ ਹਾਂਜੀ ਹੋਰ ਕੁੜੀ ਦਾ ਵਿਆਹ ਧਰਿਆ ਮੁੰਡਾ ਕਰਦਾ ਹੈ ਮੁੰਡੇ ਦਾ ਬਿਜ਼ਨਸ ਹੈ ਕੱਦੂਮਨ ਸਾਹਿਬ ਦਰਅਸਲ ਮੇਨ ਗੱਲ ਮੈਂ ਕਰ ਰਹੀ ਸਾਡੇ ਘਰ ਚੋਰੀ ਹੋ ਗਈ ਹੈ ਇੱਕ ਮਿੰਟ ਸੁਰਖੀ ਲੈ CID ਨੂੰ ਫੋਨ ਕੀਤਾ ਵਾ ਭਾਪੇ ਤੇਰੇ ਨੂੰ ਨਹੀਂ ਵਧਾਈ ਹੋਵੇ ਮੁੰਡਾ ਨੀ ਹੋਇਆ ਚੋਰੀ ਹੋਈ ਸਾਡੇ ਘਰ ਹਾਂਜੀ ਤੁਸੀਂ ਆਓ ਜਲਦੀ ਸਾਰਾ ਸਮਾਨ ਚੁੱਕ ਕੇ ਲੈ ਗਏ ਨਾਲੇ ਨਾ ਉਹ ਗਿਆ ਨੂੰ ਵੀ ਨਾਲ ਲੈ ਆਇਓ ਕਿਉਂਕਿ ਸਾਡੇ ਟੋਇਲਟ ਦਾ ਨਾ ਕਿੰਨੇ ਦਿਨ ਹੋ ਗਏ ਦਰਵਾਜ਼ਾ ਬੰਦ ਹੈ ਤੁੜਵਾਉਣਾ ਅਸੀਂ ਉਸ ਤੋਂ ਗੜਬੜ ਹੈ ਸਭ ਕੁਛ ਗੜਬੜ ਹੈ ਸਵੇਰੇ ਸਵੇਰੇ ਜ਼ਰੂਰੀ ਕਾਰਵਾਈ ਜਾਣਾ ਹੁੰਦਾ ਸੀ ਬਾਹਰ ਵਾਢੀ ਹੋਈ ਪਈ ਮੈਦਾਨ ਪੱਧਰੇ ਹੋਏ ਪਏ ਜਗ੍ਹਾ ਵੀ ਨਹੀਂ ਹੈਗੀ ਲੋਕ ਕੁਛ ਕਰਨ ਵਾਸਤੇ ਆਓ ਤੁਸੀਂ ਆਪਾਂ ਇੰਤਜ਼ਾਰ ਕਰਦੇ ਹਾਂ ਆਜੋ ਮੇਰਾ ਗਿਆ ਘਰ ਆਇਆ ਉਹ ਸਭ ਜੀ ਘਰ ਆਇਆ ਉਹ ਸਭ ਜੀ ਇੱਕ ਮਿੰਟ ਪਹਿਲਾਂ ਮੈਨੂੰ ਇਹ ਦੱਸ ਵੀ ਗਿਆ ਕਿੱਥੇ ਸੀ ਜਾਨੂ ਜੀ ਇੱਕ ਤੁਸੀਂ ਤੇ ਗਿਆ ਦੋ ਹੀ ਤੇ ਸੱਚੇ ਪਿਆਰ ਨੇ ਮੇਰੇ ਤੂੰ ਚੁੱਪ ਕਰ ਤੂੰ ਏਦਾਂ ਕਰ ਅੰਦਰ ਜਾ ਕੇ ਨਾ ਜਿਹੜੀ ਜਿਹੜੀ ਚੀਜ਼ ਚੋਰੀ ਹੋਈ ਹੈ ਸਾਰਿਆਂ ਦੀ ਲਿਸਟ ਬਣਾ ਜਿਹੜੀ ਜਿਹੜੀ ਨਹੀਂ ਵੀ ਹੋਈ ਨਾ ਚੱਕ ਕੇ ਗਵਾਂਢੀਆਂ ਦੇ ਘਰੇ ਦੇ ਆ ਆਪਾਂ ਜਦੋਂ ਕੱਲ ਨੂੰ ਚੋਰ ਫੜਿਆ ਜਾਊਗਾ ਨਾ ਆਪਾਂ ਡਬਲ ਚੀਜ਼ਾਂ ਵਸੂਲਾਂਗੇ ਸਹੀ ਗੱਲ ਹੈ ਮੈਂ ਤੁਹਾਡੇ ਸਾਰੇ ਕੱਚੇ ਅੱਗ ਲਾ ਕੇ